ਕਿਹੜਾ ਬੀਜੇਪੀ ਦਾ ਲੀਡਰ ਹੈ ਜਿਹਦੀ ਰਖਵਾਲੀ ਕਰਨ ਵਾਸਤੇ ਫੌਜ ਵਿੱਚ ਬੱਚੇ ਭਰਤੀ ਹੁੰਦੇ? ਕਦੀ ਮਰਿਆ ਬੀਜੇਪੀ ਦੇ ਲੀਡਰ ਦਾ ਪੁੱਤ ਕੋਈ ਮਰਿਆ ਵਾ? ਨੈਵਰ ਐਵਰ। ਕਿ ਜੇ ਅਸਲ ਭਗਵਾਨ ਰਾਮ ਦੀ ਸਪਿਰਿਟ ਹੈ ਅੱਜ ਪੰਜਾਬ ਦੇ ਅਤੇ ਆ ਕਿਸਾਨਾਂ ਨੇ ਦਿਖਾਈ ਆ, ਪੰਜਾਬ ਦੇ ਅੰਦਰ ਆਣ ਕੇ ਸਾਡੀ ਟੈਰੀਟਰੀ 'ਚ ਆਣ ਕੇ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ ਇਹਨਾਂ ਨੇ ਇੰਜਰ ਕੀਤਾ ਵਾ। 3 ਸਾਲ ਤੋਂ ਟੇਬਲ 'ਤੇ ਕਿਉਂ ਨਹੀਂ ਬਿਠਾਇਆ ਕਿਸਾਨਾਂ ਨੂੰ? ਇਸ ਕਰਕੇ ਇਹ ਸਾਰੇ ਇੱਕ ਚਾਲਾਂ ਹੁੰਦੀਆਂ ਨੇ ਕਿ ਸਾਰੇ ਸਪੋਰਟ ਕਰੋ ਇਹਨਾਂ, ਜੇ ਕੋਈ ਯਾਤਰਾ ਕੱਢਦਾ ਤਾਂ ਇੱਧਰ ਨੂੰ ਕੱਢ, ਜੇ ਕੋਈ ਹੋਰ ਰੈਲੀ ਕੱਢਦਾ ਇੱਧਰ ਨੂੰ ਕੱਢ, ਜੇ ਕੋਈ ਮੱਥਾ ਟੇਕਣ ਗਿਆ ਕਿਤੇ ਉਹ ਇੱਥੇ ਮੱਥਾ ਟੇਕੋ। ਪਿਛਲਾ ਅੰਦੋਲਨ ਇਹਨਾਂ ਦਾ ਕਿੰਨਾ ਸ਼ਾਂਤਮਈ ਸੀ, ਕਿਸੇ ਨੂੰ ਕਦੀ ਝਰੀਟ ਆਈ? ਲੱਖਾਂ ਲੋਕ ਬੈਠੇ, 1.5 ਸਾਲ ਬੈਠੇ, ਨੈਵਰ। ਅੱਜ ਤਾਂ ਵਾਇਲੈਂਸ ਗਵਰਨਮੈਂਟ ਇਨੀਸ਼ੀਏਟ ਕਰ ਰਹੀ ਹੈ, ਇਹ ਤਾਂ ਫਿਰ ਵੀ ਵਿਚਾਰੇ ਆ ਕਿਸੇ ਦੇ ਹੱਥ 'ਚ ਕੁਛ ਨਹੀਂ ਕਰਨੇ, ਹੱਥੇ ਬੈਠੇ ਨੇ ਕਿ ਆਫਟਰ 2024 ਲੋਕ ਸਭਾ ਦੇ ਵਿਲ ਬੀ ਨੋ ਰੂਲ ਆਫ ਲਾਅ, ਦੇ ਵਿਲ ਬੀ ਨੋ ਰੂਲ ਆਫ ਕੋਨਸਟੀਟਿਊਸ਼ਨ। ਜਿਹੜੇ ਕਹਿੰਦੇ ਅਸੀਂ ਸ਼ਾਂਤਮਈ ਢੰਗ ਨਾਲ ਗੱਲ ਕਰਨ ਨੂੰ ਤਿਆਰ ਹਾਂ, ਉਹ ਦੇਖ ਲਓ ਉਹਨਾਂ ਦਾ ਦ੍ਰਿਸ਼, ਤਾਜ਼ਾ ਹੀ ਦਿਖਾ ਦਿੱਤਾ ਤੁਹਾਨੂੰ। ਇਸ ਮੌਕੇ ਤੇ ਸੁਖਪਾਲ ਸਿੰਘ ਖਹਿਰਾ ਵੀ ਪਹੁੰਚੇ ਹੋਏ ਨੇ। ਗੱਲਬਾਤ ਕਰਦਿਆਂ, ਹਰਿਆਣਾ ਪੰਜਾਬ ਦੇ ਵਿਚਾਲੇ ਸਰਹੱਦ ਖੜੀ ਹੋ ਗਈ ਹੈ। ਹਾਂ, ਸਾਨੂੰ ਆਇਆ ਅਹਿਸਾਸ ਕਰਾਇਆ ਜਾ ਰਿਹਾ ਸੀ ਜਿੱਦਾਂ ਕਿਸੇ ਦੁਸ਼ਮਣ ਦੇਸ਼ 'ਚੋਂ ਆਏ ਹਾਂ ਨਾ, ਅਤੇ ਸਾਡੇ ਵਾਸਤੇ ਹਲੇ ਤਾਂ ਬਾਰਡਰ ਬਣਾਤਾ, ਜਿਹੜੀ ਕਿ ਸਰਾਸਰ ਗਲਤ ਗੱਲ ਆ। ਔਰ ਉਹਨਾਂ ਲੋਕਾਂ ਲਈ ਬਾਰਡਰ ਆ ਜਿਹੜੇ ਜਿਨ੍ਹਾਂ ਨੇ ਇਸ ਦੇਸ਼ ਨੂੰ ਅਨਾਜ ਵਿੱਚ ਰਚਾਇਆ। ਆਪ ਤਾਂ ਵਿਚਾਰੇ ਭੁੱਖੇ ਨੇ ਹੁਣ, ਆਪ ਤਾਂ ਮਰ ਰਹੇ ਨੇ, ਔਰ ਇਹੀ ਇਹ ਲੋਕ ਆ ਜਿਹੜੇ ਆ ਜਿਹੜੇ ਜਿੰਨਾ ਤੁਸੀਂ ਦੇਖ ਰਹੇ ਘੱਟ, ਇਹਨਾਂ ਦੇ ਬੱਚੇ ਫੌਜਾਂ 'ਚ ਆ, ਇਹਨਾਂ ਦੇ ਬੱਚੇ ਹੀ ਬਾਰਡਰਸ 'ਤੇ ਰਖਵਾਲੀ ਕਰਦੇ ਆ। ਕਿਹੜਾ ਬੀਜੇਪੀ ਦਾ ਲੀਡਰ ਆ ਜਿਹਦੀ ਰਖਵਾਲੀ ਕਰਨ ਵਾਸਤੇ ਫੌਜ ਵਿੱਚ ਬੱਚੇ ਭਰਤੀ ਹੁੰਦੇ? ਕਦੀ ਮਰਿਆ ਬੀਜੇਪੀ ਦੇ ਲੀਡਰ ਦਾ ਪੁੱਤ ਕੋਈ ਮਰਿਆ ਵਾ? ਨੈਵਰ ਐਵਰ। ਔਰ ਮੈਂ ਤਾਂ ਅੱਜ ਇਹ ਕਹੂੰਗਾ ਕਿ ਜੇ ਅਸਲ ਭਗਵਾਨ ਰਾਮ ਦੀ ਸਪਿਰਿਟ ਹੈ ਅੱਜ ਪੰਜਾਬ ਦੇ ਅਤੇ ਆ ਕਿਸਾਨਾਂ ਨੇ ਦਿਖਾਈ ਆ, ਕਿਉਂਕਿ ਭਗਵਾਨ ਰਾਮ ਵੀ ਤਾਂ ਇਹੀ ਕਹਿੰਦਾ ਸੀ ਨਾ, ਬੇਇਨਸਾਫੀ ਦੇ ਖਿਲਾਫ਼ ਲੜਨਾ। ਉਹ ਇਹ ਤਾਂ ਨਹੀਂ ਕਹਿੰਦਾ ਸੀ ਜ਼ੁਲਮ ਕਰਨਾ, ਜਿੱਦਾਂ ਡਰੋਨਾਂ ਦੇ ਰਾਹੀਂ ਟੇਅਰ ਗੈਸ ਸੁੱਟ ਰਹੀ ਹਰਿਆਣੇ ਦੀ ਗਵਰਨਮੈਂਟ, ਪੰਜਾਬ ਦੇ ਅੰਦਰ ਆਣ ਕੇ ਸਾਡੀ ਟੈਰੀਟਰੀ 'ਚ ਆਣ ਕੇ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ ਇਹਨਾਂ ਨੇ ਇੰਜਰ ਕੀਤਾ ਵਾ, ਇਹ ਭਗਵਾਨ ਰਾਮ ਦੇ ਨੇ ਕਦੀ ਕਿਹਾ ਹੋਊਗਾ? ਸੋ ਜਿਹੜੇ ਉਹ ਜਿਹੜਾ ਉੱਥੇ ਹੋਇਆ ਭਗਵਾਨ ਰਾਮ, ਅਸੀਂ ਚਲੋ ਅਸੀਂ ਕਿਸੇ ਦੇ ਖਿਲਾਫ਼ ਨਹੀਂ ਗਏ, ਸਾਰੇ ਧਰਮਾਂ ਦੇ ਨਾਲ ਹੈ, ਪਰ ਉਹ ਲੋਕ ਦਿਖਾਵਾ ਸੀਗਾ, ਉਹ ਵੋਟਾਂ ਦੀ ਖਾਤਰ ਹੋਇਆ, ਉਹ ਫੋਟੋ ਆਪ ਸੀਗਾ। ਅਸਲ ਭਗਵਾਨ ਰਾਮ ਦੀ ਜਾਂ ਦੂਸਰੇ ਗੁਰੂ ਸਾਹਿਬਾਨ ਦੀ, ਅੱਲਾ ਔਰ ਈਸਾਈ ਵਰਗ ਜਾਂ ਜਿਹੜੇ ਵੀ ਧਰਮ ਨੇ, ਰੱਬ ਈਸ਼ਵਰ, ਉਹਦਾ ਫਲਸਫਾ ਅੱਜ ਇਹ ਲੋਕ ਦਿਖਾ ਰਹੇ ਨੇ। ਗੱਲਾਂ ਹੋ ਰਹੀਆਂ ਨੇ, ਮੀਟਿੰਗਸ ਲੰਬੀਆਂ ਲੰਬੀਆਂ ਹੋਈਆਂ, ਪਰ ਸਿੱਟਾ ਤੁਸੀਂ ਤੁਹਾਡੇ ਸਾਹਮਣੇ ਅੱਜ ਫਿਰ ਬਜ਼ੁਰਗ ਮੀਟਿੰਗਸ ਨਾ ਜਾਣ ਕੇ ਲਾਸਟ ਮੂਮੈਂਟ ਕਰਦੇ ਨੇ ਟੂ ਹੁੱਡ ਵਿੰਕ, ਟੂ ਡੀਰੇਲ ਦੀ ਐਜੀਟੇਸ਼ਨ। ਬਿਕੋਜ਼ ਅਗਰ ਮੀਟਿੰਗ ਕਰਨੀ ਸੀ ਇਹਨਾਂ ਨੇ ਤਾਂ ਮਹੀਨਾ ਪਹਿਲਾਂ ਅਨਾਊਂਸ ਕਰਤਾ, 1 ਮਹੀਨਾ ਪਹਿਲਾਂ ਬੁਲਾਉਣਾ। 3 ਸਾਲ ਲੰਘੇ ਨੇ, ਹੁਣ ਕਹਿੰਦੇ ਸਾਡੇ ਸਾਥ ਟੇਬਲ 'ਤੇ ਬੈਠੋ, 3 ਸਾਲ ਤੋਂ ਟੇਬਲ 'ਤੇ ਕਿਉਂ ਨਹੀਂ ਬਿਠਾਇਆ ਕਿਸਾਨਾਂ ਨੂੰ? ਇਸ ਕਰਕੇ ਇਹ ਸਾਰੇ ਇੱਕ ਚਾਲਾਂ ਹੁੰਦੀਆਂ ਨੇ, ਔਰ ਕਿਸਾਨ ਵੀ ਸਮਝਦੇ ਨੇ, ਇਹ ਨਿਆਣੇ ਨੇਗੇ ਹੁਣ। ਤੋ ਇਹ ਦੂਜਾ ਮੈਂ ਕਹਿਣਾ ਚਾਹੁੰਦਾ ਸਾਰੀਆਂ ਪੋਲੀਟੀਕਲ ਪਾਰਟੀਜ਼ ਨੂੰ ਕਿ ਸਾਰੇ ਸਪੋਰਟ ਕਰੋ ਇਹਨਾਂ ਦੀ, ਜੇ ਕੋਈ ਯਾਤਰਾ ਕੱਢਦਾ ਤਾਂ ਇੱਧਰ ਨੂੰ ਕੱਢ, ਜੇ ਕੋਈ ਹੋਰ ਰੈਲੀ ਕੱਢਦਾ ਇੱਧਰ ਨੂੰ ਕੱਢ, ਜੇ ਕੋਈ ਮੱਥਾ ਟੇਕਣ ਗਿਆ ਕਿਤੇ ਉਹ ਇੱਥੇ ਮੱਥਾ ਟੇਕੋ। ਬਿਕੋਜ਼ ਦਿਸ ਇਜ਼ ਅ ਫਾਈਟ ਫੋਰ ਹਿਊਮੈਨਿਟੀ, ਇਟਸ ਫਾਈਟ ਫੋਰ ਐਗਜ਼ਿਸਟੈਂਸ, ਇਟ ਇਜ਼ ਅ ਫਾਈਟ ਫੋਰ ਸਰਬੱਤ ਦਾ ਭਲਾ, ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਸਿਖਾ ਕੇ ਗਏ। ਇੱਥੇ ਸਾਰੀਆਂ ਪਾਰਟੀਆਂ, ਅੱਛਾ ਕਹਿੰਦੇ ਜੀ ਸਾਨੂੰ ਉੱਥੇ ਬੋਲਣ ਦਿੰਦੇ, ਅਸੀਂ ਬੋਲ ਕੇ ਕੀ ਕਰਨਾ ਵਾ, ਅਸੀਂ ਪਿੱਛੇ ਬੈਠੇ ਹਾਂ, ਅਖੇ ਸਾਡੀ ਜੀ ਕੋਈ ਤੋਹੀਨ ਕਰ ਲੈਣ ਦਿਓ ਇੱਕ ਵਾਰੀ। ਅੱਛਾ ਸਾਡੀ ਤੋਹੀਨ ਜ਼ਿਆਦਾ ਇੰਪੋਰਟੈਂਟ ਹੈ ਕਿ ਕਿਸਾਨਾਂ ਦੇ ਮੁੱਦੇ ਜ਼ਿਆਦਾ ਇੰਪੋਰਟੈਂਟ ਹੈ? ਮੈਂ ਸਭ ਨੂੰ ਕਾਲ ਦਊਂਗਾ ਕਿ ਸਾਰੇ ਕੰਮ ਛੱਡ ਕੇ ਇੱਥੇ ਜ਼ਰੂਰ ਪਹੁੰਚੋ ਸਾਰੇ। ਬਜ਼ੁਰਗ ਬਾਬੇ ਨੇ 80-80 ਸਾਲ ਦੇ, ਅਸੀਂ ਦੇਖੇ ਟਰਾਲੀਆਂ 'ਚ ਬੈਠੇ ਨੇ, ਉਹਨਾਂ 'ਚ ਹਮੇਸ਼ਾ ਪੰਜਾਬ ਨੂੰ ਇਸ ਤਰ੍ਹਾਂ ਦਾ ਸੰਘਰਸ਼ ਕਿਉਂ ਕਰਨਾ ਪੈਂਦਾ? ਸਾਡੇ ਹਿੱਸੇ ਹੀ ਆਇਆ ਜੀ, ਜਿੱਦਾਂ ਅਫਗਾਨਿਸਤਾਨ ਦੇ ਲੋਕਾਂ ਦੇ ਹਿੱਸੇ, ਅਰਸੇ ਤੋਂ ਸਟਰਗਲ ਹੈ, ਕਈ ਵਾਰੀ ਸਾਡੇ ਹੱਥ ਦੀਆਂ ਲਕੀਰਾਂ 'ਚ ਲਿਖਿਆ ਵਾ
ਪਰ ਇਹ ਜਜ਼ਬੇ ਤੋਂ ਕਦੀ ਘਬਰਾਏ ਨਹੀਂ ਗਏ ਕਿਸੇ ਜੱਦੋਜਹਿਦ ਤੋਂ। ਔਰ ਇਹ ਸਾਡੇ ਨਾਲ ਅੱਜ ਦਾ ਥੋੜ੍ਹਾ ਹੋ ਰਿਹਾ ਤਾਂ ਸੈਂਕੜੇ ਸਾਲ ਦਾ ਇਤਿਹਾਸ ਪੜ੍ਹ ਲੈਣ, ਸ਼ਾਇਦ ਬੀਜੇਪੀ ਨੇ ਇਤਿਹਾਸ ਨਹੀਂ ਪੜ੍ਹਿਆ। ਜੇ ਇਹਨਾਂ ਨੂੰ ਮੀਰ ਮੰਨੂ, ਜ਼ਕਰੀਆ ਖਾਨ, ਅਬਦਾਲੀ, ਮੱਸਾ ਰੰਗੜ, ਔਰੰਗਜ਼ੇਬ ਉਹ ਨਹੀਂ ਡਰਾ ਸਕੇ ਤਾਂ ਆ ਡਰੋਨਾਂ ਰਾਹੀਂ ਸੁੱਟੇ ਜਾ ਰਹੇ ਟੇਅਰ ਗੈਸ ਤੁਹਾਨੂੰ ਡਰਾ ਸਕਣਗੇ, ਲਾਠੀਆਂ ਨਹੀਂ ਡਰਾ ਸਕਣਗੇ। ਦੇ ਵਿਲ ਗੋ, ਇਹਨਾਂ ਨੇ ਆਪਣਾ ਪਰਪਸ ਅਚੀਵ ਕਰਨਾ ਹੀ ਕਰਨਾ। ਪਰ ਜੇ ਸ਼ਾਂਤਮਈ ਤਰੀਕੇ ਨਾਲ ਲੰਘ ਲੈਣ ਦਿੰਦੇ ਤਾਂ ਇਸ ਤਰ੍ਹਾਂ ਜ਼ਖਮੀ ਨਾ ਹੁੰਦੇ, ਲੋਕ ਖਵਾਰ ਨਾ। ਵੈਰੀ ਗੁੱਡ ਕੁਐਸਚਨ। ਪਿਛਲਾ ਅੰਦੋਲਨ ਇਹਨਾਂ ਦਾ ਕਿੰਨਾ ਸ਼ਾਂਤਮਈ ਸੀ, ਕਿਸੇ ਨੂੰ ਕਦੀ ਝਰੀਟ ਆਈ? ਲੱਖਾਂ ਲੋਕ ਬੈਠੇ, ਸਵਾ ਸਾਲ ਬੈਠੇ, ਨੈਵਰ। ਅੱਜ ਤਾਂ ਵਾਇਲੈਂਸ ਗਵਰਨਮੈਂਟ ਇਨੀਸ਼ੀਏਟ ਕਰ ਰਹੀ ਹੈ, ਇਹ ਤਾਂ ਫਿਰ ਵੀ ਵਿਚਾਰੇ ਆ ਕਿਸੇ ਦੇ ਹੱਥ 'ਚ ਕੁਛ ਨਹੀਂ ਕਰਨੇ, ਹੱਥੇ ਬੈਠੇ ਨੇ। ਸੋ ਇਸ ਕਰਕੇ ਇਹ ਜਿਹੜਾ ਮੈਨੂੰ ਲੱਗ ਰਿਹਾ ਕਿ 24 ਦਾ ਟ੍ਰੇਲਰ ਦਿਖਾ ਰਹੀ ਹੈ ਬੀਜੇਪੀ ਕਿ ਆਫਟਰ 2024 ਲੋਕ ਸਭਾ ਦੇ ਵਿਲ ਬੀ ਨੋ ਰੂਲ ਆਫ ਲਾਅ, ਦੇ ਵਿਲ ਬੀ ਨੋ ਰੂਲ ਆਫ ਕੋਨਸਟੀਟਿਊਸ਼ਨ, ਦੇ ਵਿਲ ਬੀ ਨੋ ਰਾਈਟਸ ਫੋਰ ਯੂ, ਯੂ ਵਿਲ ਨੋਟ ਬੀ ਏਬਲ ਟੂ ਅਲਾਊਡ ਟੂ ਪ੍ਰੋਟੈਸਟ, ਯੂ ਵਿਲ ਨੋਟ ਬੀ ਅਲਾਊਡ ਟੂ ਸਪੀਕ ਫਰੀਲੀ। ਇਹ ਸਾਰਾ ਕੁਛ ਉਹਦਾ ਦ੍ਰਿਸ਼ ਹੈ ਇੱਕ, ਤਾਂ ਸਭ ਨੂੰ ਸਮਝਣਾ ਚਾਹੀਦਾ ਕਿ ਦੇਸ਼ ਕਿਹੜੇ ਪਾਸੇ ਨੂੰ ਜਾ ਰਿਹਾ। ਖੱਟਰ ਸਾਹਿਬ ਕਹਿੰਦੇ ਆ ਕਿਸਾਨ ਸ਼ਾਂਤਮਈ ਤਰੀਕੇ ਨਾਲ ਆ ਜਾਂਦੇ, ਟਰੈਕਟਰ 'ਤੇ ਕਿਉਂ ਆਉਂਦੇ ਹੋ, ਬੱਸ 'ਤੇ ਆਓ, ਟ੍ਰੇਨ 'ਤੇ ਆਓ? ਨਹੀਂ, ਫਿਰ ਇਹਨਾਂ ਟ੍ਰੇਨਾਂ ਰੋਕ ਦੇਣੀਆਂ ਸੀਗੀਆਂ, ਫਿਰ ਇਹਨਾਂ ਨੇ ਹੋਰ ਸਾਡੇ ਦੇ ਪੰਗੇ ਪਾਉਣੇ ਸੀਗੇ। ਟਰੈਕਟਰ ਕੀ ਕਹਿੰਦਾ ਵਾ? ਟਰੈਕਟਰ ਤਾਂ ਦੇਸ਼ ਦਾ, ਖੇਤੀ ਦਾ ਚਿੰਨ੍ਹ ਆ। ਟਰੈਕਟਰ ਥੋੜ੍ਹਾ ਕੋਈ ਵਾਇਲੈਂਸ ਕ੍ਰੀਏਟ ਕਰ ਰਿਹਾ, ਟਰੈਕਟਰ ਗੋਲੀਆਂ ਮਾਰ ਰਿਹਾ ਵਾ, ਗੋਲੀਆਂ ਤਾਂ ਉਹ ਮਾਰ ਰਹੇ ਨੇ। ਸੋ ਇਹ ਸਾਰੀਆਂ ਦਲੀਲਾਂ ਹੁੰਦੀਆਂ ਜਾਣ ਕੇ ਲੋਕਾਂ ਦੇ ਵਿੱਚ ਸੱਚੇ ਬਣਦਾ, ਪਰ ਲੋਕ ਕਚਹਿਰੀ ਵਿੱਚ ਉਹਦਾ ਹੀ ਪੱਖ ਸੱਚਾ ਹੁੰਦਾ ਵਾ ਜਿਹੜਾ ਆਪ ਦਿਲੋਂ ਅੰਦਰੋਂ ਇਮਾਨਦਾਰੀ ਨਾਲ ਲੜਾਈ ਲੜਦਾ, ਜਿੱਦਾਂ ਇਹ ਸਾਰੇ ਲੜ ਰਹੇ ਨੇ। ਮੋਦੀ ਸਰਕਾਰ ਦੀ ਗੱਲ ਹੋ ਗਈ, ਮਾਨ ਸਰਕਾਰ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ। ਕਹਿੰਦੇ ਕਿ ਮੰਗਾਂ ਉਹਨਾਂ ਨੇ ਵੀ ਪੂਰੀਆਂ ਨਹੀਂ ਕੀਤੀਆਂ, ਜਦੋਂ ਇੱਥੇ ਪ੍ਰਦਰਸ਼ਨ ਹੁੰਦਾ ਕਿਸਾਨ ਕਹਿੰਦੇ ਨੇ ਉਦੋਂ ਕਹਿ ਦਿੰਦੇ ਨੇ ਵੀ ਕਿਸਾਨ ਰੋਜ਼ ਹੀ ਪ੍ਰਦਰਸ਼ਨ ਕਰਦੇ ਨੇ। ਹਾਂ, ਮੈਂ ਸੁਣਦਾ ਰਹਿਣਾ ਉਹਨਾਂ ਨੂੰ ਕਿ ਜਿੱਥੇ ਦਿਲ ਕਰਦਾ ਧਰਨੇ ਮਾਰਦੇ ਨੇ। ਇਹ ਉਹ ਲੋਕ ਨੇ ਜਿਹੜੇ ਕਹਿੰਦੇ ਸੀ ਸਾਡੇ ਰਾਜ ਵਿੱਚ ਧਰਨਾ ਮਾਰਨ ਦੀ ਲੋੜ ਨਹੀਂ ਪਊ। ਅੱਜ ਚਲੋ ਇਹ ਅੱਜ ਲੜਾਈ ਸਾਡੀ ਕੇਂਦਰ ਨਾਲ ਆ, ਔਰ ਇਹਨਾਂ ਨੂੰ ਸਾਰੇ ਜਿਹੜੇ 92 ਜਿੱਤੇ ਨੇ ਇਹਨਾਂ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ, ਇਨਕਲੂਡਿੰਗ ਦ ਚੀਫ ਮਿਨਿਸਟਰ। ਚਲੋ ਅੱਜ ਅਯੋਧਿਆ ਜਾਏ, ਅਯੋਧਿਆ ਮੱਥਾ ਟੇਕ ਆਓ, ਕੋਈ ਗੱਲ ਨਹੀਂ, ਕੱਲ੍ਹ ਆਓ ਇੱਥੇ। ਔਰ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ, ਔਰ ਮੈਂ ਅਪੀਲ ਕਰੂੰਗਾ ਲੋਕਾਂ ਨੂੰ ਕਿ ਡੋਂਟ ਮਿਸਟ੍ਰੀਟ ਦੈਮ, ਯੂ ਨੋ, ਉਹਨਾਂ ਨਾਲ ਆਪਾਂ ਆਪਣੇ ਲੋਕਾਂ ਨੂੰ ਜਿਹੜਾ ਤੁਹਾਡੀ ਮਦਦ ਕਰਨਾ ਆਉਂਦਾ ਤੁਸੀਂ ਉਹਦੀ ਕੋਈ ਕਰੋਗੇ ਲਾਪਾ ਅਤੇ ਦੇ ਵਿਲ ਓਨਲੀ ਗੈਟ ਡਿਮੋਰਲਾਈਜ਼ਡ। ਉਹਨਾਂ ਨੂੰ ਬਹਾਨਾ ਮਿਲ ਜਾਂਦਾ ਕਿ ਸਾਨੂੰ ਤਾਂ ਜੀ ਉੱਥੇ ਜਾਂਦਿਆਂ ਨੂੰ। ਸੋ ਮੈਂ ਸਭ ਨੂੰ ਅਪੀਲ ਕਰੂੰਗਾ ਕਿ ਦਿਸ ਇਜ਼ ਫਾਈਟ ਪ੍ਰਾਇਰਿਟੀ ਨੰਬਰ 1। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਕੀ ਨਾਮ ਹੈ ਤੁਹਾਡਾ? ਤਸਵੀਰਾਂ ਤੁਸੀਂ ਦੇਖ ਕੇ ਕਿੱਥੋਂ ਆਏ ਹੋ, ਕਿੱਥੇ ਵੱਜੀ ਸਾਡੇ? ਮੇਰੇ ਇੱਥੇ ਮੱਥੇ 'ਚ ਲੱਗੀ ਮੈਡਮ। ਕੀ ਲੱਗਿਆ? ਮੈਂ ਐਡੀਆਂ ਗੋਲੀਆਂ ਨੇ, ਗੋਲੀਆਂ ਚਲਾ ਰਹੇ ਨੇ ਮੈਡਮ, ਪਲਾਸਟਿਕ ਦੀਆਂ ਐਡੀਆਂ ਮੋਟੀਆਂ ਅਤੇ ਐਡੀਆਂ ਲੰਮੀਆਂ ਨੇ। ਆਹ ਤੁਸੀਂ ਦੇਖ ਲਓ, ਜਿਹੜੇ ਕਹਿੰਦੇ ਅਸੀਂ ਸ਼ਾਂਤਮਈ ਢੰਗ ਨਾਲ ਗੱਲ ਕਰਨ ਨੂੰ ਤਿਆਰ ਹਾਂ, ਉਹ ਦੇਖ ਲਓ ਉਹਨਾਂ ਦਾ ਦ੍ਰਿਸ਼ ਤਾਜ਼ਾ ਹੀ ਦਿਖਾਤਾ ਤੁਹਾਨੂੰ। ਸੋ ਇਸ ਕਰਕੇ ਵਾਇਲੈਂਸ ਜਾ ਕੇ ਅੱਗੇ ਦੇਖੋ, ਬਹੁਤ ਮੁੰਡੇ ਨੇ ਜਿਹੜੇ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਜ਼ਖਮੀ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਖੱਜਲ ਖੁਆਰ ਹੋ ਰਹੇ ਨੇ। ਤਾਂ ਸੁਖਪਾਲ ਸਿੰਘ ਖਹਿਰਾ ਨੇ ਵਿਰੋਧੀ ਧਿਰ ਦੇ ਲੀਡਰ ਵੀ ਰਹੇ ਨੇ ਅਤੇ ਜੇਲ੍ਹ ਦੇ ਵਿੱਚ ਵੀ ਉਹ ਕੁਝ ਸਮਾਂ ਬਿਤਾ ਕੇ ਆਏ ਨੇ। ਮਾਨ ਸਰਕਾਰ 'ਤੇ ਹਮੇਸ਼ਾ ਉਹ ਜਿਹੜੇ ਕਰੜੇ ਸ਼ਬਦਾਂ ਨਾਲ ਜਿਹੜਾ ਵਾਰ ਕਰਦੇ ਨੇ, ਅਤੇ ਹੁਣ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਉਹ ਇੱਥੇ ਪਹੁੰਚੇ ਸਨ, ਉਹਨੇ ਅਪੀਲ ਸਿਆਸੀ ਧਿਰਾਂ ਨੂੰ ਵੀ ਕੀਤੀ ਹੈ ਕਿ ਉਹ ਵੀ ਇੱਥੇ ਪਹੁੰਚਣ। ਹਾਲਾਂਕਿ ਕਿਸਾਨਾਂ ਨੇ ਇਹ ਕਹਿ ਦਿੱਤਾ ਕਿ ਕੋਈ ਵੀ ਸਿਆਸੀ ਲੀਡਰ ਜੇਕਰ ਆਏਗਾ ਉਹਨਾਂ ਨੂੰ ਇੱਥੇ ਬੋਲਣ ਦਾ ਕੋਈ ਇਜਾਜ਼ਤ ਨਹੀਂ ਹੈ, ਸਟੇਜ ਨਹੀਂ ਦਿੱਤਾ ਜਾਏਗਾ, ਕਿਉਂਕਿ ਮੰਗਾਂ ਤਾਂ ਉਹ ਹਰੇਕ ਸਰਕਾਰ ਸਾਹਮਣੇ ਰੱਖਦੇ ਨੇ ਅਤੇ ਹਰੇਕ ਸਰਕਾਰ ਹੈ ਉਹਨਾਂ ਨੂੰ ਅਣਗੌਲਿਆਂ ਵੀ ਕਰਦੀ ਹੈ, ਇਸ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ। ਪਰ ਸੁਖਪਾਲ ਸਿੰਘ ਖਹਿਰਾ ਕਹਿ ਰਹੇ ਨੇ ਕਿ ਸਾਰਿਆਂ ਨੂੰ ਸਮਰਥਨ ਦੇਣ, ਇੱਥੇ ਪਹੁੰਚਣਾ ਚਾਹੀਦਾ।